ਇਹ ਦੁਨੀਆ ਬਹੁਤ ਵੱਡੀ ਹੈ ਜਿਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਕੁਝ ਅਜਿਹੇ ਵੀ ਰਾਜ ਇਹ ਜ਼ਿੰਦਗੀ ਆਪਣੇ ਅੰਦਰ ਸਮੋਈ ਬੈਠੀ ਹੈ ਜੋ ਸਾਡੀ ਕਲਪਨਾਵਾਂ ਤੋਂ ਪਰੇ ਹਨ। ਅਕਸਰ ਉਹਨਾਂ ਅਣਕਹੀਆਂ ਤੇ ਅਣਦੇਖੀਆਂ ਕਲਪਨਾਵਾਂ ਨੂੰ ਆਪਾਂ ਇੱਕ ਝੂਠ ਜਾਂ ਫਰੇਬ ਦਾ ਨਾਮ ਦੇ ਦਿੰਦੇ ਹਾਂ। ਇਹਨਾਂ ਸਭ ਗੱਲਾਂ ਦੇ ਵਿੱਚ ਇੱਕ ਭੇਦ ਹੈ ਮੌਤ ਤੋਂ ਬਾਅਦ ਦੀ ਦੁਨੀਆ ਦਾ ਅਤੇ ਮੁੜ-ਮੁੜ ਕੇ ਜਨਮਾਂ ਦੇ ਵਿੱਚ ਪੈਣ ਦਾ। ਆਪਣੇ ਆਪ ਨੂੰ ਆਪਾਂ ਸਾਇੰਸ ਦੇ ਵਿੱਚ ਬਹੁਤ ਐਡਵਾਂਸ ਮੰਨਦੇ ਹਾਂ, ਪਰ ਅੱਜ ਤੱਕ ਸਾਇੰਸਦਾਨ ਪੂਰੀ ਤਰ੍ਹਾਂ ਇਨਸਾਨੀ ਦਿਮਾਗ ਦੇ ਬਾਰੇ ਜਾਣ ਤੱਕ ਨਹੀਂ ਸਕੇ ਅਤੇ ਹਾਲੇ ਵੀ ਕੌਨਸ਼ੀਅਸ, ਸਬ ਕੌਨਸ਼ੀਅਸ ਅਤੇ ਅਨਕੌਨਸ਼ੀਅਸ ਦਿਮਾਗ ਦੇ ਹਿੱਸਿਆਂ ਦੇ ਵਿੱਚ ਉਲਝੇ ਫਿਰਦੇ ਹਨ। ਤੁਹਾਡੀ ਜਾਣਕਾਰੀ ਦੇ ਲਈ ਦੱਸ ਦਿੱਤਾ ਜਾਵੇ ਕਿ ਪੁਨਰਜਨਮ ਇੱਕ ਸਾਇੰਟੀਫਿਕ ਵਿਸ਼ਾ ਹੈ ਜਿਸ ਤੇ ਸੋਧ ਤੇ ਖੋਜਾਂ ਕਰਨ ਵਾਸਤੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਹੀ ਸਾਇੰਟਿਸਟ ਕੰਮ ਕਰ ਰਹੇ ਹਨ। ਇੱਕ ਅਜਿਹਾ ਹੀ ਖੋਜ ਕੇਂਦਰ ਬੈਂਗਲੌਰ ਇੰਡੀਆ ਦੇ ਵਿੱਚ ਵੀ ਸਥਿਤ ਹੈ ਜਿਸ ਨੂੰ ਰਸ਼ੀਆ ਤੇ ਅਮਰੀਕਾ ਵਰਗੇ ਵੱਡੇ ਦੇਸ਼ ਚਲਾ ਰਹੇ ਨੇ। ਅੱਜ ਜੋ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਵੀ ਉਹ ਬੈਂਗਲੌਰ ਸਥਿਤ ਖੋਜ ਕੇਂਦਰ ਦੀਆਂ ਤਫਤੀਸ਼ਾਂ ਦੇ ਵਿੱਚੋਂ ਇੱਕ ਹੈ ਅਤੇ ਉਹਨਾਂ ਦੁਆਰਾ ਛਪਾਈ ਗਈ ਕਿਤਾਬਾਂ ਦੇ ਵਿੱਚ ਵੀ ਦਰਜ ਹੈ। ਇਹ ਘਟਨਾ ਦਿੱਲੀ ਸ਼ਹਿਰ ਦੀ ਹੈ ਜਿੱਥੇ ਇੱਕ ਪੰਡਿਤ ਪਰਿਵਾਰ ਦੇ ਵਿੱਚ ਇੱਕ ਲੜਕੀ ਨੇ ਜਨਮ ਲਿਆ। ਹਰੀਪ੍ਰਸਾਦ ਸ਼ਰਮਾ ਜੀ ਦੇ ਘਰ ਦੇ ਵਿੱਚ ਪੂਰੇ 10 ਸਾਲਾਂ ਦੇ ਬਾਅਦ ਇੱਕ ਬੱਚੀ ਨੇ ਜਨਮ ਲਿਆ ਸੀ। ਸ਼ਿਵ ਜੀ ਦੀ ਪੂਜਾ ਕਰਨ ਵਾਲਾ ਪਰਿਵਾਰ ਇਸ ਨੂੰ ਪਰਮਾਤਮਾ ਦਾ ਵਰਦਾਨ ਮੰਨਦਾ ਸੀ ਜਿਸ ਕਾਰਨ ਉਹਨਾਂ ਨੇ ਆਪਣੀ ਬੱਚੀ ਦਾ ਨਾਮ ਗੌਰੀ ਰੱਖ ਲਿਆ। ਪੰਡਿਤ ਪਰਿਵਾਰ ਸੀ ਅਤੇ ਘਰ ਦੇ ਵਿੱਚ ਪੂਜਾ ਪਾਠ ਦਾ ਮਾਹੌਲ ਹੋਣ ਕਰਕੇ ਲੜਕੀ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਦੀ ਹੋਣ ਲੱਗ ਪਈ। ਛੋਟੀ ਉਮਰੇ ਉਹ ਕੁਝ ਅਜਿਹਾ ਵੀ ਕਰ ਜਾਂਦੀ ਜਿਸ ਨਾਲ ਸਾਰਾ ਪਰਿਵਾਰ ਹੈਰਾਨੀ ਦੇ ਵਿੱਚ ਪੈ ਜਾਂਦਾ ਕਿਉਂਕਿ ਧਰਮ ਪੂਜਾ ਪਾਠ ਬਾਰੇ ਇਸ ਉਮਰ ਦੇ ਵਿੱਚ ਇੰਨੀ ਜਾਣਕਾਰੀ ਹੋਣਾ ਸੰਭਵ ਨਹੀਂ ਸੀ। ਪਰਿਵਾਰ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ ਕਿ ਉਹ ਲੜਕੀ ਆਪਣੇ ਪੁਰਾਣੇ ਜਨਮ ਤੋਂ ਹੀ ਧਾਰਮਿਕ ਵਿਰਤੀ ਦੀ ਸੀ। ਸਮਾਂ ਬੀਤਿਆ ਅਤੇ ਲੜਕੀ 7 ਸਾਲਾਂ ਦੀ ਹੋਈ ਤਾਂ ਉਹ ਲੜਕੀ ਅਜੀਬ ਜਿਹੀਆਂ ਗੱਲਾਂ ਕਰਨ ਲੱਗੀ। ਪਰਿਵਾਰ ਨੂੰ ਪਰੇਸ਼ਾਨੀ ਉਦੋਂ ਹੋਈ ਜਦੋਂ ਉਸਨੇ ਆਪਣਾ ਨਾਮ ਗੌਰੀ ਨਹੀਂ ਸਗੋਂ ਅੰਜਨਾ ਦੱਸਿਆ। ਉਹ ਕਹਿੰਦੀ ਰਹਿੰਦੀ ਸੀ ਕਿ ਮੈਂ ਇੱਕ ਡਾਕਟਰ ਹਾਂ ਅਤੇ ਮੈਂ ਕਲੀਨਿਕ ਜਾਣਾ ਹੈ। ਪਰਿਵਾਰ ਨੂੰ ਪਹਿਲਾਂ ਪਹਿਲ ਇਹ ਕੋਈ ਦਿਮਾਗੀ ਪ੍ਰੋਬਲਮ ਲੱਗੀ ਪਰ ਇਲਾਜ ਤੋਂ ਬਾਅਦ ਵੀ ਕੋਈ ਫਾਇਦਾ ਨਹੀਂ ਹੋਇਆ। ਆਖਿਰ ਸਮੇਂ ਦੇ ਨਾਲ ਨਾਲ ਉਸ ਦੀਆਂ ਗੱਲਾਂ ਵੀ ਵਧਣ ਲੱਗੀਆਂ ਅਤੇ ਉਸਨੇ ਕੁਝ ਅਜਿਹੇ ਰਾਜ ਖੋਲ੍ਹੇ ਕਿ ਇੱਕ ਵਾਰ ਦਾ ਪੂਰਾ ਦਿੱਲੀ ਸ਼ਹਿਰ ਹਿੱਲ ਗਿਆ ਅਤੇ ਹਰ ਅਖਬਾਰ ਦੇ ਵਿੱਚ ਇਹੀ ਖਬਰ ਦਾ ਜ਼ਿਕਰ ਹੁੰਦਾ ਸੀ। 14 ਸਾਲ ਦੀ ਉਮਰ ਹੋਣ 'ਤੇ ਗੌਰੀ ਕਹਿਣ ਲੱਗੀ ਕਿ ਉਸ ਦਾ ਨਾਮ ਡਾਕਟਰ ਅੰਜਨਾ ਹੈ ਅਤੇ ਉਸ ਦੇ ਪਤੀ ਦਾ ਨਾਮ ਹੇਮਰਾਜ ਹੈ ਜੋ ਕਿ ਕਾਨਪੁਰ ਸ਼ਹਿਰ ਦੇ ਵਿੱਚ ਇੱਕ ਨਾਮੀ ਡਾਕਟਰ ਹੈ। ਇੱਥੋਂ ਤੱਕ ਤਾਂ ਸਭ ਕੁਝ ਠੀਕ ਸੀ, ਪਰ ਬਾਅਦ ਵਿੱਚ ਉਸਨੇ ਦੱਸਿਆ ਕਿ ਮੇਰੇ ਪਤੀ ਨੇ ਹੀ ਮੈਨੂੰ ਜ਼ਹਿਰ ਦਾ ਟੀਕਾ ਲਗਾ ਕੇ ਮਾਰ ਦਿੱਤਾ ਸੀ ਅਤੇ ਮੇਰੀ ਲਾਸ਼ ਨੂੰ ਸੂਟਕੇਸ ਦੇ ਵਿੱਚ ਪਾ ਕੇ ਨਦੀ ਦੇ ਵਿੱਚ ਸੁੱਟ ਦਿੱਤਾ ਸੀ। ਪਰਿਵਾਰ ਦੀਆਂ ਪਰੇਸ਼ਾਨੀਆਂ ਹੋਰ ਵੀ ਵੱਧ ਗਈਆਂ ਜਦੋਂ ਗੌਰੀ 14 ਸਾਲ ਦੀ ਉਮਰ ਦੇ ਵਿੱਚ ਹੀ ਡਾਕਟਰੀ ਦੀਆਂ ਬਰੀਕੀਆਂ ਸ਼ਰੇਆਮ ਹੀ ਦੱਸਣ ਲੱਗੀ। ਹਰ ਇੱਕ ਮੈਡੀਸਿਨ ਬਾਰੇ ਉਹ ਝੱਟ ਹੀ ਦੱਸ ਦਿੰਦੀ ਸੀ। ਬੱਚੇ ਦੇ ਜਨਮ ਸਮੇਂ ਆਪਰੇਸ਼ਨ ਦੇ ਵਿੱਚ ਆਉਣ ਵਾਲੀਆਂ ਪਰੇਸ਼ਾਨੀਆਂ ਵੀ ਉਹ ਆਪਣੇ ਪਰਿਵਾਰ ਨੂੰ ਦੱਸਦੀ ਰਹਿੰਦੀ ਸੀ, ਜਿਸ ਦੇ ਨਾਲ ਪਰਿਵਾਰ ਨੂੰ ਬਿਲਕੁਲ ਯਕੀਨ ਹੋ ਗਿਆ ਕਿ ਉਸ ਨੂੰ ਆਪਣਾ ਪੁਰਾਣਾ ਜਨਮ ਯਾਦ ਹੈ ਕਿਉਂਕਿ ਡਾਕਟਰੀ ਦੀ ਇੰਨੀ ਬਾਰੀਕੀ ਆਮ ਇਨਸਾਨ ਨਹੀਂ ਜਾਣ ਸਕਦਾ ਸੀ। ਹਰੀਪ੍ਰਸਾਦ ਸ਼ਰਮਾ ਜੀ ਨੇ ਆਪਣੇ ਇੱਕ ਜਾਣਕਾਰ ਦੇ ਨਾਲ ਗੱਲ ਕਰਕੇ ਕਾਨਪੁਰ ਦੇ ਵਿੱਚ ਡਾਕਟਰ ਅੰਜਨਾ ਅਤੇ ਹੇਮਰਾਜ ਬਾਰੇ ਪਤਾ ਕਰਵਾਇਆ। ਡਾਕਟਰ ਬਾਰੇ ਪਤਾ ਕਰਨ ਦੇ ਵਿੱਚ ਜ਼ਰਾ ਵੀ ਸਮਾਂ ਨਹੀਂ ਲੱਗਿਆ ਕਿਉਂਕਿ ਉਹ ਕੇਸ ਕਾਨਪੁਰ ਦੇ ਵਿੱਚ ਬਹੁਤ ਮਸ਼ਹੂਰ ਹੋਇਆ ਸੀ। ਹਰੀਪ੍ਰਸਾਦ ਸ਼ਰਮਾ ਜੀ ਹੈਰਾਨ ਹੋ ਗਏ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਡਾਕਟਰ ਹੇਮਰਾਜ ਅੱਜ ਵੀ ਜਿਉਂਦਾ ਹੈ ਅਤੇ ਉਸ ਦੇ ਉੱਪਰ ਆਪਣੀ ਪਤਨੀ ਅੰਜਨਾ ਨੂੰ ਮਾਰਨ ਦੇ ਦੋਸ਼ ਵੀ ਲੱਗੇ ਸਨ, ਪਰ ਸਬੂਤ ਨਾ ਹੋਣ ਕਾਰਨ ਉਹ ਬਚ ਗਿਆ ਸੀ। ਉਸ ਤੋਂ ਬਾਅਦ ਗੌਰੀ ਨੇ ਦੱਸਿਆ ਕਿ ਪਿਛਲੇ ਜਨਮ ਦੇ ਵਿੱਚ ਉਸ ਦਾ ਵਿਆਹ ਡਾਕਟਰ ਹੇਮਰਾਜ ਦੇ ਨਾਲ ਹੋਇਆ ਸੀ। ਉਹ ਖੁਦ ਵੀ ਇੱਕ ਲੇਡੀ ਡਾਕਟਰ ਸੀ। ਪਹਿਲਾਂ ਪਹਿਲ ਤਾਂ ਠੀਕ ਚੱਲਿਆ, ਪਰ ਬਾਅਦ ਵਿੱਚ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਖਟਾਸ ਆਉਣ ਲੱਗੀ। ਡਾਕਟਰ ਹੇਮਰਾਜ ਨੇ ਆਪਣੀ ਪਤਨੀ ਅੰਜਨਾ ਨੂੰ ਡਾਕਟਰੀ ਦਾ ਪੇਸ਼ਾ ਛੱਡ ਕੇ ਘਰ ਵਿੱਚ ਹੀ ਰਹਿਣ ਵਾਸਤੇ ਜ਼ੋਰ ਪਾਇਆ, ਪਰ ਅੰਜਨਾ ਆਪਣਾ ਪੇਸ਼ਾ ਛੱਡਣ ਵਾਸਤੇ ਤਿਆਰ ਨਹੀਂ ਸੀ, ਜਿਸ ਕਾਰਨ ਵਿਵਾਦ ਹੋਰ ਵੀ ਵੱਧ ਗਏ ਅਤੇ ਜ਼ਬਰਦਸਤੀ ਉਸਨੇ ਆਪਣੀ ਪਤਨੀ ਅੰਜਨਾ ਨੂੰ ਘਰ ਦੇ ਵਿੱਚ ਹੀ ਕੈਦ ਕਰ ਦਿੱਤਾ। ਜਦੋਂ ਘਰ ਦੇ ਵਿੱਚ ਵੀ ਅੰਜਨਾ ਨੇ ਰਹਿਣ ਤੋਂ ਮਨਾ ਕਰ ਦਿੱਤਾ ਤਾਂ ਉਹ ਉਸ ਦੇ ਨਾਲ ਮਾਰਕੁੱਟ ਕਰਨ ਲੱਗਿਆ ਅਤੇ ਨਸ਼ੀਲੇ ਟੀਕੇ ਦੇ ਕੇ ਘਰ ਦੇ ਵਿੱਚ ਹੀ ਕੈਦ ਰੱਖਿਆ। ਦੱਸਿਆ ਜਾਂਦਾ ਹੈ ਕਿ ਡਾਕਟਰ ਅੰਜਨਾ ਸ਼ਿਵਜੀ ਦੀ ਭਗਤ ਸੀ, ਜਿਸ ਕਾਰਨ ਉਹ ਘਰ ਦੇ ਵਿੱਚ ਜਾਪ ਕਰਦੀ ਰਹਿੰਦੀ ਸੀ। ਗੌਰੀ ਨੇ ਦੱਸਿਆ ਕਿ ਇੱਕ ਦਿਨ ਉਸਨੇ ਘਰੋਂ ਵੀ ਭੱਜਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਰਾਤ ਉਹ ਜਾਪ ਹੀ ਕਰ ਰਹੀ ਸੀ ਜਦੋਂ ਉਸਦੇ ਪਤੀ ਨੇ ਉਸਨੂੰ ਜ਼ਹਿਰ ਦਾ ਟੀਕਾ ਦਿੱਤਾ ਅਤੇ ਹੌਲੀ ਹੌਲੀ ਉਸਦੀ ਆਤਮਾ ਨੇ ਸਰੀਰ ਛੱਡ ਦਿੱਤਾ। ਉਸ ਤੋਂ ਬਾਅਦ ਡਾਕਟਰ ਹੇਮਰਾਜ ਨੇ ਉਸਦੀ ਲਾਸ਼ ਨੂੰ ਇੱਕ ਵੱਡੇ ਸੂਟਕੇਸ ਦੇ ਵਿੱਚ ਪਾਇਆ ਅਤੇ ਟ੍ਰੇਨ ਰਾਹੀਂ ਉਹ ਸੂਟਕੇਸ ਲੈ ਕੇ ਜਾਣ ਲੱਗਿਆ ਅਤੇ ਰਸਤੇ ਵਿੱਚ ਪੈਂਦੀ ਨਦੀ ਦੇ ਵਿੱਚ ਉਸਨੇ ਟ੍ਰੇਨ ਤੋਂ ਉਹ ਸੂਟਕੇਸ ਸੁੱਟ ਦਿੱਤਾ, ਪਰ ਉਹ ਸੂਟਕੇਸ ਨਦੀ ਦੇ ਵਿੱਚ ਨਹੀਂ ਕਿਨਾਰੇ 'ਤੇ ਜਾ ਡਿੱਗਿਆ, ਪਰ ਉਦੋਂ ਤੱਕ ਅੰਜਨਾ ਦੀ ਮੌਤ ਹੋ ਚੁੱਕੀ ਸੀ। ਡਾਕਟਰ ਦੇ ਉੱਤੇ ਕਾਰਵਾਈ ਤਾਂ ਹੋਈ ਪਰ ਉਹ ਛੁੱਟ ਗਿਆ। ਗੌਰੀ ਨੇ ਦੱਸਿਆ ਕਿ ਮੌਤ ਤੋਂ ਬਾਅਦ ਮੈਂ ਇੱਕ ਵੱਖਰੀ ਦੁਨੀਆ ਦੇ ਵਿੱਚ ਪਹੁੰਚ ਚੁੱਕੀ ਸੀ ਜਿੱਥੇ ਸ਼ਿਵ ਜੀ ਨੇ ਉਸਨੂੰ ਕਿਹਾ ਕਿ ਤੂੰ ਮੈਨੂੰ ਯਾਦ ਕਰਦੀ ਹੋਈ ਮਰੀ ਸੀ, ਜਿਸ ਕਾਰਨ ਤੈਨੂੰ ਦੂਜਾ ਜਨਮ ਦਿੱਤਾ ਜਾ ਰਿਹਾ ਹੈ ਦੁਨੀਆ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰਨ ਵਾਸਤੇ। ਅਤੇ ਫਿਰ ਬਾਅਦ ਵਿੱਚ ਉਸਦਾ ਜਨਮ ਦਿੱਲੀ ਦੇ ਵਿੱਚ ਹੋਇਆ, ਪਰ ਉਸਨੂੰ ਆਪਣਾ ਪਿਛਲਾ ਜਨਮ ਯਾਦ ਰਹਿ ਗਿਆ। ਦੱਸਿਆ ਜਾਂਦਾ ਹੈ ਕਿ ਗੌਰੀ ਪੜ੍ਹ ਕੇ ਅੱਖਾਂ ਦੀ ਵਧੀਆ ਡਾਕਟਰ ਬਣੀ
ते उसने डॉक्टर हेमराज ते केस भी किया। पर साडे संविधान दे विच ऐसा कोई कानून नहीं है जो पिछले जन्म की गवाही नूं मन्ने। एक बार तो जज ते हेमराज खुद भी मनण लई तैयार हो गए कि यह अंजना है ते यह उसका पुनर्जन्म है। 1990 दे विच यह केस काफ़ी चर्चा दे विच रहा। हुण गौरी की जान को खतरा दस के उसके माता पिता ने उसनू इंग्लैंड दे विच भेज दिता, जिथे वह अपना डॉक्टरी का पेशा जी जान दे नाल निभा रही है, जो कि वह पिछले जन्म दे विच निभा ना सकी। उसने सारी उम्र ब्याह ना करवाउण दा फैसला लिया है, क्योंकि शायद पुराने जन्म दियां सट्टां दे जख्म अज भी उसनू रड़क रहे ने, जिन्हां नू मर के भी वह भुल ना सकी।